ਕੀ ਹਾਲ ਚਾਲ ਨੇ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡੀ ਆਪਣੇ ਚੈਨਲ 'ਤੇ ਸਾਗਰ ਜੀ ਵਲੋਗਸ। ਨਮਸਤੇ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਅੱਜ ਗੱਲ ਕਰਦੇ ਹਾਂ ਔਰੋ ਮੈਂ ਕਿਹਾ ਦਮਥਾ ਮੂਵੀ ਜਿਹੜੀ ਆਈ ਆ ਅਜੇ ਦੇਵਗਨ ਦੀ, ਫਿਲਮੇ ਦੇਖ ਕੇ ਆਏ ਹਾਂ ਅਤੇ 3 ਘੰਟੇ ਆਪਾਂ 300 ਰੁਪਇਆ ਆਪਣਾ ਖਰਚਿਆ, 3 ਘੰਟੇ ਫਿਲਮ ਦੇਖ ਕੇ ਆਏ ਹਾਂ। ਅਤੇ ਦੱਸ ਤੁਹਾਨੂੰ ਕੀ ਚੱਕਰ ਹੈ ਕੀ ਚੱਕਰ ਨਹੀਂ, ਅਤੇ ਕਦ ਮੂਵੀ ਬਣਾਈ ਆ, ਕੀ ਚੱਕਰ ਹੈ, ਕੀ ਇਹਦਾ ਤੁਹਾਨੂੰ ਦੱਸਣਾ ਚਾਹੁੰਦੇ ਆ, ਕੀ ਸਿਖਾਉਣਾ ਚਾਹੁੰਦੇ ਆ, ਅਤੇ ਕਰਦੇ ਹਾਂ ਸ਼ੁਰੂ। ਔਰੋ ਮੈਂ ਕਿਹਾ ਦਮਥਾ ਜੀ, ਇਹ ਫਿਲਮ ਜਿਹੜੀ ਹੈਗੀ ਆ ਅਜੇ ਦੇਵਗਨ ਦੀ, ਤੱਬੂ ਦੀ ਆ, ਠੀਕ ਹੈ ਜੀ। ਅਤੇ ਇਹਨਾਂ ਦੀ ਫਿਲਮ ਇੱਕ ਪਹਿਲਾਂ ਵੀ ਆਈ ਸੀਗੀ, ਇੱਦਾਂ ਹੀ ਲਵ ਸਟੋਰੀ, 2000 ਤੋਂ ਪਹਿਲਾਂ ਦੀ ਆਈ ਫਿਲਮ ਆਈ ਹੋਈ ਇਹਨਾਂ ਦੀ, 1997 ਦੀ ਫਿਲਮ ਆਈ ਹੋਈ ਇਹਨਾਂ ਦੀ। ਅਤੇ ਸੇਮ ਉਸ ਹਿਸਾਬ ਦੀ ਲਵ ਸਟੋਰੀ ਹੈ ਇਹਨਾਂ ਦੀ, ਲੇਕਿਨ ਇਸ ਫਿਲਮ ਵਿੱਚ ਇਹਨਾਂ ਨੇ ਕੀ ਦਿਖਾਇਆ ਹੋਇਆ ਆ, ਇਸ ਫਿਲਮ ਵਿੱਚ ਇਹਨਾਂ ਦੀ ਜੋੜੀ ਜਿਹੜੀ ਹੈਗੀ ਆ ਸਕਸੈਸਫੁੱਲ ਨਹੀਂ ਹੁੰਦੀ ਹੈਗੀ, ਕਿਉਂਕਿ ਮੰਨ ਲਓ ਅੱਜ ਕੱਲ੍ਹ ਦੇ ਸਮੇਂ 'ਚ ਕੋਈ ਕਿਸੇ ਰਿਲੇਸ਼ਨਸ਼ਿਪ 'ਚ ਕੋਈ ਕੁੜੀ ਕਿਸੇ ਨੂੰ ਪਿਆਰ ਕਰਦੀ, ਕੋਈ ਮੁੰਡਾ ਕਿਸੇ ਨੂੰ ਪਿਆਰ ਕਰਦਾ, ਤਾਂ ਉਹਦੇ ਕਰਕੇ ਉਹ ਪਿੱਛੇ ਰਹਿ ਜਾਂਦਾ, ਤਾਂ ਉਹਨੂੰ ਕਹਿੰਦਾ ਤੂੰ ਮੂਵ ਔਨ, ਤੂੰ ਅੱਗੇ ਚੱਲ ਜਾ, ਤੂੰ ਵਿਆਹ ਕਰਾ ਲਾ, ਕਿਸੇ ਹੋਰ ਨਾਲ ਜ਼ਿੰਦਗੀ ਆਪਣੀ ਜੀ ਲਾ, ਠੀਕ ਹੈ ਨਾ। ਬਟ ਇਹਨਾਂ ਦਾ ਇੱਕ ਦੂਜੇ ਦਾ ਪਿਆਰ ਬੜਾ ਹੁੰਦਾ ਆ, ਅਤੇ ਇਸ ਕਰਕੇ ਅਗਲਾ ਮੂਵ ਔਨ ਹੋ ਜਾਂਦਾ ਆ। ਇਸ ਕਰਕੇ ਹੁਣ ਇਸ ਫਿਲਮ ਵਿੱਚ ਹੈਗੀ ਹੈਗਾ ਅਜੇ ਦੇਵਗਨ, ਇੱਕ ਹੈਗਾ ਸ਼ਰੀਫ ਮੁੰਡਾ ਜਿਹੜਾ ਦਿਖਾਇਆ ਗਿਆ 2001 ਦੇ ਵਿੱਚ, ਠੀਕ ਹੈ ਜੀ। 2001 ਦੇ ਵਿੱਚ ਕੀ ਹੁੰਦਾ ਹੈਗਾ ਆ, ਜਿਹੜਾ ਅਕਸ਼ੇ ਕੁਮਾਰ ਆ ਕੋਲੇਜ ਪੜ੍ਹਦਾ ਸੀ ਅਤੇ ਨਾਲ ਪੜ੍ਹਦੀ ਸੀ ਇਹਦੇ ਤੱਬੂ, ਠੀਕ ਹੈ ਜੀ। ਤੱਬੂ ਜਿਹੜੀ ਹੈਗੀ ਆ ਇਹ ਦਿਖਾਈ ਗਈ ਆ ਫਿਲਮ ਦੇ ਵਿੱਚ, ਇਹਦਾ ਨਾਮ ਹੈਗਾ ਬਾਸੂ, ਅਕਸ਼ੇ ਕੁਮਾਰ ਸੋਰੀ ਅਜੇ ਦੇਵਗਨ ਜੀ, ਮੈਂ ਵੀ ਬਹਿ ਕੇ ਜਾਂਦਾ ਜੀ ਯਾਰ। ਅਜੇ ਦੇਵਗਨ ਜਿਹੜਾ ਹੈਗਾ ਇਹਦਾ ਨਾਮ ਵਿੱਚ ਹੈਗਾ ਫਿਲਮ ਦੇ ਕ੍ਰਿਸ਼ਨਾ, ਅਤੇ ਜਿਹੜੀ ਹੈਗੀ ਆ ਤੱਬੂ ਇਹਦਾ ਨਾਮ ਵਿੱਚ ਹੈਗਾ ਫਿਲਮ ਦੇ ਬਾਸੂ, ਠੀਕ ਹੈ ਜੀ। ਹੁਣ ਹੁੰਦਾ ਕੀ ਹੈਗਾ, ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਹੁੰਦੇ ਆ ਅਤੇ ਕਹਿੰਦੇ ਇੱਕ ਦੂਜੇ ਨੂੰ ਆਪਾਂ ਵਿਆਹ ਕਰਾਉਣਾ ਆ, ਠੀਕ ਹੈ ਜੀ। ਅਤੇ ਇੱਕ ਰਾਤ ਨੂੰ ਜਾਂਦੇ ਜਾਂਦੇ ਇਹਨੂੰ ਘਰ ਰੋਜ਼ ਡਰੋਪ ਕਰਦਾ ਹੁੰਦਾ ਜੀ ਅਜੇ ਦੇਵਗਨ, ਠੀਕ ਹੈ ਜੀ। ਦੋਵਾਂ ਦਾ ਪਿਆਰ ਵਧੀਆ ਚੱਲਦਾ ਹੁੰਦਾ। ਅਜੇ ਦੇਵਗਨ ਰਾਤ ਨੂੰ ਡਰੋਪ ਕਰਨ ਗਿਆ ਤੱਬੂ ਨੂੰ ਉਹਦੇ ਘਰ ਬਾਸੂ ਨੂੰ, ਠੀਕ ਹੈ ਜੀ। ਜਿੱਦਾਂ ਡਰੋਪ ਕਰਨ ਗਿਆ ਅਤੇ ਮੋੜ ਤੋਂ ਜਾਂਦੇ ਹੋਏ ਉੱਥੇ ਇੱਕ ਪੱਕੀਆ ਨਾਂ ਦਾ ਮੁੰਡਾ ਅਤੇ ਦੋ ਉਹਦੇ ਯਾਰ ਉੱਥੇ ਹੁੰਦੇ ਆ, ਅਤੇ ਉਹ ਜਿੱਦਾਂ ਕਿ ਉਹਨਾਂ ਨੇ ਕੋਈ ਨਸ਼ਾ ਪਤਾ ਕੀਤਾ ਹੁੰਦਾ ਅਤੇ ਉਹਨਾਂ ਉੱਥੇ ਘੁੰਮਦੇ ਸੀਗੇ, ਤਾਂ ਉਸ ਟਾਈਮ 'ਤੇ ਤੱਬੂ ਦੇ ਘਰ ਜਾਂਦੇ ਸਮੇਂ ਉਹਨਾਂ ਨੇ ਨਿਗਾਹ ਪੈਂਦੀ ਤੱਬੂ 'ਤੇ, ਅਤੇ ਤੱਬੂ ਦਾ ਮੂੰਹ ਉੱਦਾਂ ਕੱਢ ਕੇ ਤੱਬੂ ਨੂੰ ਲੈ ਜਾਂਦੇ ਆ ਆਪਣੇ ਕਣਕ ਵਾਲੀ ਜਿਹੜੀ ਹੈਗੀ ਸੀਗੀ ਫੈਕਟਰੀ ਉਹਦੇ ਅੰਦਰ ਲੈ ਜਾਂਦੇ ਆ, ਅਤੇ ਜਾ ਕੇ ਉਹਨਾਂ ਜ਼ਬਰਦਸਤੀ ਕਰਨ ਲੱਗ ਪੈਂਦੇ ਆ। ਇੰਨੇ ਵਿੱਚ ਹੁੰਦਾ ਕੀ ਹੈਗਾ ਆ, ਤੱਬੂ ਜਿਹੜੀ ਹੈਗੀ ਆ ਬੋਰੀਆਂ ਚੱਕਣ ਵਾਲੀ ਜਿਹੜੀ ਹੁੰਦੀ ਕੁੰਡੀ, ਐਂ ਕੁੰਡੀ ਆਪਾਂ ਚੱਕੇ ਆ ਬੋਰੀ ਚੱਕ ਕੇ ਪਰੇ ਮਾਰਦੇ ਹਾਂ ਮੰਡੀ ਵਿੱਚ ਵੀ ਜਾਂ ਕਿਤੇ ਵੀ, ਹੈ ਨਾ ਜੀ। ਉਹ ਜਿਹੜੀ ਸਰੀਏ ਦੀ ਕੁੰਡੀ ਬਣੀ ਹੁੰਦੀ ਆ ਤੱਬੂ ਦੇ ਹੱਥ ਉਹ ਲੱਗ ਜਾਂਦੀ ਆ, ਅਤੇ ਤੱਬੂ ਜਦੋਂ ਐਂ ਘੁੰਮਾਉਂਦੀ ਤਾਂ ਉਹ ਇੱਕ ਮੁੰਡੇ ਦਾ ਇੱਥੇ ਲੱਗ ਕੇ ਗਿਆ, ਉਹ ਦੂਜੇ ਮੁੰਡੇ ਨੂੰ ਜੋ ਲੱਤ ਮਾਰਦੀ ਆ, ਦੂਜਾ ਮੁੰਡਾ ਸਾਹਮਣੇ ਜਿਹੜਾ ਫੈਕਟਰੀ ਦੀ ਮਸ਼ੀਨ ਲੱਗੀ ਹੁੰਦੀ ਆ ਮਸ਼ੀਨ ਦਾ ਸੂਆ ਬਾਹਰ ਨੂੰ ਹੁੰਦਾ, ਦੂਜਾ ਮੁੰਡਾ ਜਾ ਕੇ ਉਹਦੇ 'ਚ ਵੱਜਦਾ ਅਤੇ ਉਹ ਵੀ ਜਾਂਦਾ ਜਾਨੋ, ਠੀਕ ਹੈ। ਦੋਵੇਂ 'ਚ ਗਏ ਤੱਬੂ ਕਰਕੇ ਦੋਵਾਂ ਨੂੰ ਮਾਰਤਾ ਤੱਬੂ ਨੇ, ਲੇਕਿਨ ਜਿਹੜਾ ਪੱਕੀਆਂ ਮੇਨ ਬੰਦਾ ਹੁੰਦਾ ਜਿਹਨੇ ਸਲਾਹ ਬਣਾਈ ਹੁੰਦੀ ਆ ਚੀਜ਼ਾਂ ਕਰਨ ਦੀ, ਉਹ ਪੱਕੀਆਂ ਉੱਥੋਂ ਦੌੜ ਜਾਂਦਾ, ਦੌੜਦਾ ਬਾਹਰ ਜਾਂਦਾ, ਅਤੇ ਇੰਨੀ ਦੇਰ ਨੂੰ ਬਾਹਰ ਹੀ ਅਜੇ ਦੇਵਗਨ ਫੋਨ 'ਤੇ ਲੱਗਾ ਹੁੰਦਾ ਕਿ ਜਿੱਦਾਂ ਉਹ ਦੇਖਦਾ ਕਿ ਪੱਕੀਆਂ ਆ ਗਿਆ, ਕਹਿੰਦਾ ਪੱਕੀਆਂ ਕੀ ਹੋਇਆ ਕੀ ਹੋਇਆ, ਅਤੇ ਉਹ ਦੌੜਦਾ ਜਾਂਦਾ ਅੰਦਰ ਨੂੰ ਜਾ ਕੇ ਦੇਖਦਾ, ਅਤੇ ਉੱਥੇ ਇਹ ਚੀਜ਼ ਹੋਈ ਹੁੰਦੀ ਤੱਬੂ ਕੋਲੋਂ ਦੋ ਬੰਦਿਆਂ ਦਾ ਹੋ ਗਿਆ ਹੁੰਦਾ, ਅਤੇ ਕਹਿੰਦੀ ਮੈਂ ਤਾਂ ਘਰ ਹੀ ਜਾ ਰਹੀ ਸੀ ਇੱਥੋਂ, ਬਸ ਰਸਤੇ 'ਚ ਨੇ ਫੜ ਲਿਆ, ਇੱਦਾਂ ਕੀਤਾ ਉੱਦਾਂ ਕੀਤਾ। ਜਿਹੜਾ ਅਜੇ ਦੇਵਗਨ ਉਹਨੂੰ ਕਹਿੰਦਾ ਕਿ ਤੂੰ ਜਾ ਹੁਣ ਘਰ ਨੂੰ, ਮੈਂ ਸੰਭਾਲ ਲੂੰਗਾ। ਉੱਥੇ ਰਾਤ ਨੂੰ ਚੌਂਕੀਦਾਰ ਆਉਂਦਾ ਸੀਟੀ ਮਾਰਦਾ, ਅਤੇ ਉਹ ਦੇਖਦਾ ਅਜੇ ਦੇਵਗਨ ਨੂੰ, ਉਹ ਦੋਵਾਂ ਦੀ ਬੋਡੀ ਦਾ ਅਜੇ ਦੇਵਗਨ ਘਲੀਸ ਗਲੀ ਜਾਂਦਾ ਹੁੰਦਾ ਉੱਥੇ, ਠੀਕ ਹੈ ਜੀ। ਅਤੇ ਉਹ ਦੇਖਦਾ ਕਿ ਇਹਨੇ ਹੀ ਕੀਤਾ ਹੋਣਾ ਇਹਨਾਂ ਦੋਵਾਂ ਦਾ, ਇਹਨੇ ਜਾਨੋ ਮਾਰਿਆ ਹੋਣਾ, ਅਤੇ ਇਸ ਕਰਕੇ ਸਾਰਾ ਕੇਸ ਉੱਤੇ ਲੱਗ ਜਾਂਦਾ, 25 ਸਾਲ ਦੀ ਉਹਨੂੰ ਲੱਗ ਜਾਂਦੀ ਸਜ਼ਾ। ਤੱਬੂ ਇੱਕ ਵਾਰੀ ਆਉਂਦੀ ਉਹਨੂੰ ਮਿਲਣ ਜੇਲ੍ਹ ਦੇ ਵਿੱਚ, ਅਤੇ ਅਜੇ ਦੇਵਗਨ ਕਹਿੰਦਾ ਮੂਵ ਔਨ ਹੋ ਜਾ, ਵਿਆਹ ਕਰਾ ਲਾ ਕਿਸੇ ਹੋਰ ਨਾਲ, ਤੇਰੀ ਕਿਸਮਤ 'ਚ ਮੈਂ ਨਹੀਂ ਹੈਗਾ ਹੁਣ, ਸੁਣ ਮੇਰੀ ਗੱਲ, ਮੇਰੀ 25 ਸਾਲ ਅੰਦਰ ਹੀ ਮੈਂ ਰਹਿਣਾ, ਤਾਂ ਤੋਂ ਟਾਈਮ ਬੁੱਢੀ ਹੋਏ ਨਾ, ਤਾਂ ਇੰਨਾ ਕੁਛ ਹੋ ਜਾਣਾ, ਠੀਕ ਹੈ ਜੀ। ਹੁਣ ਬੋਲਦਾ ਕੀ ਹੈਗਾ, ਤੱਬੂ ਦਾ ਵਿਆਹ ਹੋ ਜਾਂਦਾ ਜਿੰਮੀ ਸ਼ੇਰ ਗਿੱਲ ਨਾਲ, ਜਿਹਦਾ ਫਿਲਮ ਦੇ ਵਿੱਚ ਨਾਮ ਹੈਗਾ ਅਭਿਜੀਤ, ਠੀਕ ਹੈ ਜੀ। ਇੱਕ ਇਹਨਾਂ ਦਾ ਪੱਕਾ ਯਾਰ ਵੀ ਹੁੰਦਾ ਹੈਗਾ ਆ, ਠੀਕ ਹੈ ਜੀ।
ਹੁਣ ਇਹਨਾਂ ਦਾ ਪੱਕਾ ਇੱਕ ਯਾਰ ਵੀ ਹੁੰਦਾ ਹੈਗਾ ਜਿਹੜਾ ਇਹਨਾਂ ਦੀ ਬਹੁਤ ਮਦਦ ਕਰਦਾ ਇੱਕ ਦੂਜੇ ਨਾਲ ਕੰਨਫਿਊਗੇਸ਼ਨ 'ਚ ਕਰਾਉਣ, ਇੱਕ ਦੂਜੇ ਨਾਲ ਗੱਲ ਕਰਾਉਣ ਦੇ ਵਿੱਚ। ਬਟ ਹੁਣ ਇਹ ਸੀਗਾ ਜੇਲ੍ਹ ਦੇ ਅੰਦਰ, ਅਤੇ ਜੇਲ੍ਹ ਦੇ ਅੰਦਰ ਕੀ ਹੈਗਾ ਆ, ਜੇਲ੍ਹ ਦੇ ਅੰਦਰ ਇਹਨੂੰ ਇਹ ਸੀਗਾ ਕਿ ਬਾਹਰ ਤੱਬੂ ਘੁੰਮਦੀ ਪਈ ਅਤੇ ਬਾਹਰ ਪੱਕੀਆ ਘੁੰਮਦਾ ਪਿਆ ਜਿਹੜਾ ਮੇਨ ਬੰਦਾ ਆ, ਕੱਲ੍ਹ ਤੱਬੂ ਨਾਲ ਕੁਛ ਵੀ ਗਾ ਸਕਦਾ ਆ, ਠੀਕ ਹੈ ਜੀ। ਇਸ ਕਰਕੇ ਉਹਨੂੰ ਕਹਿੰਦਾ ਤੂੰ ਵਿਆਹ ਕਰਾ ਲਾ, ਬਾਸੂ ਨੂੰ ਕਹਿੰਦਾ ਤੂੰ ਵਿਆਹ ਕਰਾ ਲਾ, ਅਜੇ ਤੋਂ ਕਹਿੰਦਾ ਨਾਮ ਕ੍ਰਿਸ਼ਨਾ, ਤੱਬੂ ਦਾ ਨਾਮ ਬਾਸੂ, ਕਹਿੰਦਾ ਤੂੰ ਵਿਆਹ ਕਰਾ ਲਾ। ਅਤੇ ਠੀਕ ਹੈ ਜੀ, ਹੁਣ ਉਹ ਚੱਲ ਜਾਂਦੀ ਉੱਥੋਂ। ਇਹਨੇ ਵਿੱਚ ਕੀ ਹੁੰਦਾ ਜਿਹੜਾ ਕਿ ਨਾ ਦੁਬਈ ਦਾ ਅੰਡਰਵਰਲਡ ਡੌਨ, ਸਾਊਦੀ ਫਿਲਮਾਂ ਵਾਲਾ ਜਿਹੜੇ ਆਹ ਵਾਲੇ ਜਨਾਬ ਨੇ, ਇਹਨਾਂ ਨੂੰ ਫਿਲਮ 'ਚ ਰੋਲ ਦਿਖਾਇਆ ਗਿਆ ਆ ਕਿ ਇਹ ਸਾਊਥ ਦੇ ਜਿਹੜੇ ਹੈਗੇ ਆ ਜਿਹੜੇ ਐਕਟਰ ਆਏ ਵਾਲੇ, ਇਹਨਾਂ ਦਾ ਰੋਲ ਦਿਖਾਇਆ ਕਿ ਦੁਬਈ ਦੇ ਅੰਡਰਵਰਲਡ ਹੁੰਦੇ ਆ, ਅਤੇ ਇਹ ਨਾ ਇੱਕ ਮੰਦਰ ਅੰਦਰ ਪੂਜਾ ਕਰਨ ਗਏ ਹੁੰਦੇ ਆ, ਅਤੇ ਮੰਦਰ ਅੰਦਰ ਜਦੋਂ ਪੂਜਾ ਕਰਨ ਜਾਂਦੇ ਆ ਇਹ, ਤਾਂ ਉੱਥੇ ਬਾਹਰ ਪੁਲਿਸ ਨੇ ਸਾਰੀ ਸਿਕਿਉਰਿਟੀ ਲਾ ਲੈਂਦੀ ਆ, ਅਤੇ ਇਹਨਾਂ ਨੂੰ ਫੜਨ ਲਈ ਕਿ ਇਹਨਾਂ ਨੂੰ ਅਸੀਂ ਲਿਆਈਏ ਜੇਲ੍ਹ ਦੇ ਅੰਦਰ। ਹੁਣ ਇਹਦੀ ਜਿਹੜੀ ਵਾਈਫ ਹੁੰਦੀ ਅੰਡਰਵਰਲਡ ਡੌਨ ਦੀ, ਉਹ ਤਾਂ ਚਲੋ ਮੱਥਾ ਟੇਕ ਕੇ ਚੱਲ ਜਾਂਦੀ ਆ ਕਿਉਂਕਿ ਨੇਪਾਲ ਆ ਜਾਂਦਾ। ਪੂਰੇ 8 ਘੰਟੇ ਤਪੱਸਿਆ ਕਰਦਾ ਅੰਦਰ, 8 ਘੰਟੇ ਭਗਤੀ ਕਰਕੇ ਜੋ ਮੰਦਰ ਦੇ ਬਾਹਰ ਆਉਂਦਾ, ਅਤੇ ਇਹਨੂੰ ਪੁਲਿਸ ਫੜ ਕੇ ਜਾਂਦੀ ਜੇਲ੍ਹ 'ਚ ਲੈ ਕੇ। ਹੁਣ ਜਦੋਂ ਇਹਨੂੰ ਜੇਲ੍ਹ 'ਚ ਲੈ ਜਾਂਦੀ ਤਾਂ ਕਈ ਬੰਦਿਆਂ ਨੇ ਦਿੱਤੀ ਹੁੰਦੀ ਆ, ਲੋਕਲ ਬੰਦਿਆਂ ਨੂੰ ਦਿੱਤੇ ਸਪਾਰੀ ਕਿ ਜਾ ਕੇ ਉਹ ਬੰਦੇ ਨੂੰ ਜੇਲ੍ਹ ਦੇ ਅੰਦਰ ਤੁਸੀਂ ਖਤਮ ਕਰ ਦਿਓ, ਤੁਹਾਨੂੰ ਪੈਸੇ ਦੇ ਦਾਂਗੇ, ਠੀਕ ਆ ਜੀ। ਅਤੇ ਹੁਣ ਉਹਦੇ 'ਚ ਆਉਂਦਾ ਇੱਕ ਪੱਕੀ ਆ, ਅਤੇ 4-5 ਬੰਦੇ ਹੋਰ ਹੁੰਦੇ ਆ। ਅਜੇ ਦੇਵਗਨ ਦੀ ਨਿਗਾਹ ਪੈਂਦੀ, ਕਹਿੰਦਾ ਇਹ ਤਾਂ ਉਹੀ ਪੱਕੀ ਆ ਜਾਂ ਕਿ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਸੀ ਤਾਂ ਬਚ ਗਿਆ ਸੀਗਾ। ਅਤੇ ਅਜੇ ਦੇਵਗਨ ਕੀ ਕਰਦਾ, ਨਿਗਾਹ ਰੱਖਦਾ ਉੱਥੇ, ਕਿਉਂਕਿ ਅਜੇ ਦੇਵਗਨ ਦੀ ਗੱਲਬਾਤ ਹੁੰਦੀ ਜੇਲ੍ਹ ਦੇ ਵਿੱਚ ਕਿ ਸਾਰਿਆਂ ਦੇ ਨਾਲ ਭਲਾ ਕਰਦਾ, ਹਰ ਇੱਕ ਪੁਲਿਸ ਵਾਲੇ ਨਾਲ ਵੀ, ਅਤੇ ਹਰ ਇੱਕ ਮੁਜਰੀ ਨਾਲ ਵੀ ਇਹਦਾ ਵਧੀਆ ਕਮਿਊਨੀਕੇਸ਼ਨ ਜੋੜ ਜਾਂਦਾ। ਹੁਣ ਬਸ ਇਹੀ ਚੀਜ਼ ਰਹਿ ਗਈ ਸੀ ਕਿ ਦੋ ਨੂੰ ਤਾਂ ਉਹਨੇ ਮਾਰ ਦਿੱਤਾ ਤੱਬੂ ਨੇ, ਜਿਹੜੀ ਸਜ਼ਾ ਭੁਗਤਦਾ 25 ਸਾਲ ਲਈ ਅੰਦਰ, ਅਤੇ ਹੁਣ ਅੰਡਰਵਰਲਡ ਜਿਹੜਾ ਡੋਨ ਆਇਆ ਉਹਦੇ ਕਰਕੇ ਪੱਕੀਆ ਵੀ ਅੰਦਰ ਆਇਆ ਉਹਨੂੰ ਮਾਰਨ ਵਾਸਤੇ, ਠੀਕ ਹੈ ਜੀ। ਹੁਣ ਅੰਡਰਵਰਲਡ ਡੋਨ ਜਦੋਂ ਮਾਰਨ ਜਾਂਦਾ ਨਾ, ਅਤੇ ਅੰਡਰਵਰਲਡ ਡੋਨ ਕਹਿੰਦਾ ਮੈਂ ਤਾਂ ਨਹੀਂ ਹੱਥਾਂ, ਹੁਣ ਮੈਂ ਕੀ ਕਰਾਂ, ਇਕੱਲਾ ਹੀ ਹਾਂ, ਮੈਨੂੰ ਨਾ ਮੇਰੀ ਟੀਮ ਆ ਨਾ ਗੁੰਡੇ ਆ ਨਾ ਕੁਛ ਆ। ਅਜੇ ਦੇਵਗਨ ਉਹਦੀ ਜਾਂਦਾ ਉਹਦੇ ਸੈੱਲ ਨੰਬਰ ਦੇ ਬਾਹਰ, ਜੇਲ੍ਹ ਦੇ ਬਾਹਰ ਜਾਂਦਾ, ਅਤੇ ਇਹ ਜਿਹੜੇ ਬੰਦੇ ਉਹਨੂੰ ਮੰਨ ਗਏ ਹੁੰਦੇ ਇਹ ਜਾ ਕੇ ਉਹਨਾਂ ਨੂੰ ਮਾਰਦਾ, ਨਾਲ ਵਿੱਚ ਪੱਕੀ ਨੂੰ ਵੀ ਮਾਰ ਦਿੰਦਾ। ਅੰਡਰਵਰਲਡ ਡੋਨ ਇਹ ਤੋਂ ਬਹੁਤ ਖੁਸ਼ ਹੁੰਦਾ, ਉਹ ਕਹਿੰਦਾ ਕਿ ਇਹਨੇ ਕਿਤੇ ਮੇਰੇ ਕਰਕੇ ਮਾਰਿਆ ਆ। ਇਹ ਅੰਡਰਵਰਲਡ ਨੂੰ ਦੋਨੋਂ ਦੱਸਦਾ ਕਿ ਮੇਰੀ ਸਟੋਰੀ ਇਹ ਆ, ਅਤੇ ਉਹ ਬੰਦੇ ਉਹਨੂੰ ਵੈਸੇ ਬਦਲ ਲੈਣਾ ਸੀਗਾ। ਹੁਣ ਉਹ ਸਪਾਰੀ ਤੈਨੂੰ ਕਿਸੇ ਨੇ ਦਿੱਤੀ ਸਵਾਰੀ ਕਿ ਉਹਨੇ ਤੈਨੂੰ ਮਾਰਨਾ ਆ ਕੇ, ਅਤੇ ਉਹਨੇ ਤੈਨੂੰ ਮਾਰਨਾ ਇਹੀ, ਮੈਂ ਆਪਣਾ ਬਦਲਾ ਪੂਰਾ ਕਰ ਲਿਆ। ਅੰਡਰਵਰਲਡ ਡੋਨ ਕੀ ਕਰਦਾ, ਇਹ ਤੋਂ ਬਹੁਤ ਖੁਸ਼ ਹੁੰਦਾ, ਅਤੇ ਉਹ ਤੋਂ ਬਾਅਦ ਉਹ ਵੀ ਜਿੱਦਾਂ ਕਿ ਜੇਲ੍ਹ 'ਚੋਂ ਚੱਲ ਹੀ ਜਾਂਦਾ। ਹੁਣ ਇਹ ਕਹਿੰਦਾ ਮੈਨੂੰ ਜੇਲ੍ਹ 'ਚੋਂ ਮੈਂ ਨਹੀਂ ਜਾਣਾ ਚਾਹੁੰਦਾ, ਇਹ ਸਜ਼ਾ ਮਾਫ਼ ਹੋ ਜਾਂਦੀ ਆ। ਵਕੀਲ ਕਹਿੰਦੇ, ਪੁਲਿਸ ਵਾਲੇ ਕਹਿੰਦੇ, ਸਾਰੇ ਕਹਿੰਦੇ ਤੇ ਸਜ਼ਾ ਮਾਫ਼ ਕਰਤੀ ਤੂੰ ਜਾ, 25 ਸਾਲ ਆ, 25 ਸਾਲ ਦਾ ਤੂੰ ਸਜ਼ਾ ਤੇਰੀ ਮਾਫ਼ ਕਰਤੀ ਤੂੰ ਜਾ। ਅਤੇ ਇਹ ਕਹਿੰਦਾ ਮੈਂ ਨਹੀਂ ਜਾਣਾ ਚਾਹੁੰਦਾ। ਅਤੇ ਇਹ ਜਦੋਂ ਫਿਰ ਬਾਹਰ ਆਉਂਦਾ ਜੇਲ੍ਹ ਦੇ ਵਿੱਚੋਂ, ਅਤੇ ਆਉਂਦੇ ਹੀ ਤੱਬੂ ਨੂੰ ਮਿਲਦਾ, ਅਤੇ ਤੱਬੂ ਦੇ ਪਤੀ ਜਿੰਮੀ ਸ਼ੇਰਗਿੱਲ, ਅਭਿਜੀਤ ਨੂੰ, ਅਤੇ ਤੱਬੂ ਬਾਸੂ ਨੂੰ ਮਿਲਦਾ, ਅਤੇ ਉਹਨਾਂ ਨੂੰ ਫਿਰ ਦੱਸਦਾ ਆਪਣੇ ਹਾਲ ਚਾਲ। ਅਤੇ ਕਹਿੰਦਾ ਮੈਂ ਦੁਬਈ ਅੰਡਰਵਰਲਡ ਜਾਂ ਡੋਨ ਸੀਗਾ ਜੇਲ੍ਹ ਦੇ ਵਿੱਚ, ਉਹ ਨਹੀਂ ਮੇਰੀ ਜਾਰੀ ਪੈ ਗਈ ਸੀ, ਹੁਣ ਉਹਦੇ ਕੋਲ ਹੀ ਪੱਕਾ ਮੈਂ ਦੁਬਈ ਜਾ ਕੇ ਸੈੱਟ ਹੋ ਜਾਣਾ ਆ, ਠੀਕ ਹੈ ਜੀ। ਅਤੇ ਇੰਨੀ ਕੁ ਗੱਲ ਸੀ ਸਾਰੀ। ਫਿਰ ਆ ਕੇ ਤੱਬੂ ਨੂੰ ਦੱਸਦਾ, ਜੱਫੀ ਪਾਉਂਦਾ ਤੱਬੂ ਨਾਲ, ਦੋਵਾਂ ਨੂੰ ਸਕੂਨ ਮਿਲਦਾ। ਕਹਿੰਦਾ ਫਿਰ ਤੱਬੂ ਕਹਿੰਦੀ ਕਿ ਤੇਰੇ ਬਾਰੇ ਮੈਂ ਸਾਰਾ ਕੁਝ ਦੱਸ ਦਿੱਤਾ ਹੋਇਆ ਜਿੰਮੀ ਸ਼ੇਰਗਿੱਲ ਨੂੰ, ਅਭਿਜੀਤ ਨੂੰ। ਅਤੇ ਕਹਿੰਦਾ ਅਸੀਂ ਤਾਂ ਵਾਅਦਾ ਕੀਤਾ ਸੀ ਕਿ ਆਪਣੇ ਪਰਸਨਲ ਗੱਲ ਆਪਾਂ ਕਿਸੇ ਨੂੰ ਨਹੀਂ ਦੱਸਣੀ ਹੈਗੀ, ਅਤੇ ਫਿਰ ਵੀ ਉਹ ਕਹਿੰਦੀ ਜਿੱਦਾਂ ਥੋੜ੍ਹੀ ਆ ਕਿ ਮੈਂ ਕਿਸੇ ਨਾਲ ਪਿਆਰ ਕਰਦੀ ਹਾਂ, ਮਤਲਬ ਉਹ ਬੰਦੇ ਬਾਰੇ ਮੈਂ ਦੱਸਾਂ ਨਾ ਆਪਣੇ ਹਸਬੈਂਡ ਨੂੰ, ਕੱਲ੍ਹ ਨੂੰ ਹਸਬੈਂਡ ਨੂੰ ਕੱਲ੍ਹ ਕਿਤੋਂ ਹੋਰ ਪਤਾ ਲੱਗ ਜਾਏ ਕੁਛ ਵੀ ਹੈਗਾ, ਅਤੇ ਕਹਿੰਦੀ ਬਦਨਾਮੀ ਹੁੰਦੀ ਹੈ, ਇਸ ਕਰਕੇ ਕਹਿੰਦੇ ਸਾਰਾ ਕੁਝ ਹੁਣ ਦੱਸਿਆ ਹੁੰਦਾ। ਫਿਰ ਜਿਹੜਾ ਹੈਗਾ ਜਿੰਮੀ ਸ਼ੇਰਗਿੱਲ ਇਹਨਾਂ ਗੱਲ ਕਰਦਾ, ਕਹਿੰਦਾ ਯਾਰ ਉਸ ਦਿਨ ਰਾਤ ਨੂੰ ਹੋਇਆ ਕੀ ਸੀਗਾ, ਮੈਨੂੰ ਦੱਸੋ ਸਹੀ। ਫਿਰ ਐਂਡ 'ਤੇ ਜਾ ਕੇ ਫਿਲਮ ਦੇ ਐਂਡ 'ਤੇ ਜਾ ਕੇ ਤੱਬੂ ਦੱਸਦੀ ਆ ਕਿ ਸਜ਼ਾ ਉਹਨੇ ਭੁਗਤੀ ਆ ਮੇਰੇ ਕਿੱਤੇ ਦੀ, ਅਤੇ ਕਤਲ ਯਾਨੀ ਕਿ ਤੱਬੂ ਨੇ ਕੀਤਾ ਹੈ ਨਾ, ਕਤਲ ਵੀ ਕੀ ਚਲੋ ਜਾਂ ਸਿਚੁਏਸ਼ਨ ਸੀਗੀ, ਅਗਲੀ ਕੋਲ ਹੋ ਗਿਆ, ਅਗਲੀ ਨੇ ਆਪਣੀ ਜਾਨ ਨਹੀਂ ਬਚਾਉਣੀ ਸੀਗੀ, ਤਾਂ ਉਹਨੇ ਉਹ ਕੋ ਹੋਈ ਹੋਇਆ ਤੱਬੂ ਕੋ ਜੋ ਵੀ ਕੰਮ ਸਜ਼ਾ ਭੁਗਤੀ ਆਈ ਅਜੇ ਦੇਵਗਨ ਨੇ, ਅਤੇ ਜਿੰਮੀ ਸ਼ੇਰਗਿੱਲ ਨੂੰ ਜੋ ਪਾ ਲਾ ਦੈਂਡ 'ਤੇ। ਫਿਰ ਉਹ ਕਹਿੰਦਾ ਅੱਛਾ, ਔਰ ਉਹ ਮੈਂ ਕਹਾ ਦਮ ਥਾ ਇੰਨਾ ਪਿਆਰ ਦੇ ਵਿੱਚ ਦੁੱਖ ਝੱਲਣ ਵਾਲੀ।
ਤਾਂ ਫਿਲਮ ਦਾ ਨਾਮ ਹੈਗਾ ਔਰੋ ਮੈਂ ਕਹਾਂ ਦਮਤਾ, ਅਤੇ ਬਸ ਇਹੀ ਚੀਜ਼ ਆ। ਅਤੇ ਤੁਸੀਂ ਇੱਦਾਂ ਇਹ ਫਿਲਮ ਦੇਖਣੀ ਆ, ਅਤੇ ਫਿਲਮ ਦੇ ਵਿੱਚ ਤੁਸੀਂ ਇਹ ਦੇਖ ਲਓ ਕਿ ਜਿਹੜੀ ਟੁੱਟੀ ਹੋਈ ਹੈ ਕਿਸੇ ਨਾਲ, ਜਾਂ ਕਿਸੇ ਦੀ ਜਨਾਨੀ ਅੱਗੇ ਚੱਲ ਗਈ, ਵਿਆਹ ਵਿਹੂ ਕਰਾ ਲਿਆ ਉਹਨੇ, ਤਾਂ ਉਹਦੇ ਵਾਸਤੇ ਹੈਗੀ ਆ ਕਿ ਉਹਦੀ ਸਟੋਰੀ ਆ, ਉਹਦੀ ਜ਼ਿੰਦਗੀ 'ਤੇ ਆ ਬਣਾਈ ਇਹਨਾਂ ਨੇ। ਬਾਕੀ ਕੁਛ ਖਾਸ ਨਹੀਂ ਸੀ ਇੰਨੀ ਫਿਲਮ, ਇਹਨਾਂ 'ਚ ਕੋਈ ਗੰਦ ਇੰਨਾ ਹੈ ਵੀ ਨਹੀਂ ਹੈਗਾ, ਫੈਮਿਲੀ ਟਾਈਪ ਫਿਲਮ ਆ, ਫੈਮਿਲੀ ਦੇਖ ਸਕਦੀ ਇਹਨੂੰ। ਅਤੇ ਬਸ ਇਹੀ ਸੀਗੀ ਫਿਲਮ, ਅਤੇ ਜਾਂਦੇ ਜਾਂਦੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਤੁਹਾਨੂੰ ਸੱਚ ਦੱਸਿਆ ਪੂਰੀ ਫਿਲਮ ਦਾ। ਧੰਨਵਾਦ।